ਓਏ ਕਿਨੂੰ ਲੈਂਦਾ ਐ ਓਏ ਚੱਕਰ ਆ ਕਰ ਵੇ ਆ ਕਰ ਓਏ ਨਹਿਰੂ ਦੀ ਤਕਰੀਰ ਗਲਤ ਲਿਖਣ ਵਾਲੇ ਆ ਮੇਰੀ ਗੱਲ ਕਿੱਧਰ ਆ ਗਏ ਤੁਸੀਂ ਮੇਰੀ ਗੱਲ ਸੁਣੋ ਨਾ ਕਿਨੂੰ ਲੈਂਦੇ ਇੱਕ ਮਿੰਟ ਕਿੰਨੀਆਂ ਆਵੀਆਂ ਤੁਹਾਡੀਆਂ ਤੇ ਤਿੰਨ ਔਰਤਾਂ ਨੇ ਕੰਮ ਸਹੀ ਕਿਉਂ ਨਹੀਂ ਕੀਤਾ ਮੇਰੀ ਗੱਲ ਓਏ ਇਨਸਾਨ ਤਿੰਨ ਔਰਤਾਂ ਨੇ ਕੰਮ ਸਹੀ ਨਹੀਂ ਕੀਤਾ ਓ ਮੇਰੀ ਗੱਲ ਸੁਣੋ ਐਸੇ ਮਾਰ ਕੇ ਐਸੇ ਮਾਰ ਕੇ ਜੇ ਮੇਰਾ ਬੰਦਾ ਸੋਹਣਾ ਨਾ ਹੋਇਆ ਤੇ ਮੈਂ ਰਿਸ਼ਤਾ ਨੀ ਕਰਨਾ ਧੱਕੇ ਮਾਰ ਕੇ ਬਾਹਰ ਕੱਢੋ ਕਿੰਨੂ ਚਪੇੜਾ ਮਾਰੀ ਜਾਂਦੇ ਹੋ ਸ਼ਾਦਾ ਪਿਆਰ ਦਾ ਬਾਹਰ ਚਾੜੇ ਮੈਂ ਕਿਹਾ ਦੋਵਾਂ ਨੇ ਧੱਕੇ ਮਾਰੇ ਨੇ ਇੱਕ ਰਹਿ ਗਿਆ ਦੇਸ਼ ਦੇ ਧੱਕੇ ਮੈਂ ਆਪ ਹੀ ਖਾ ਲਿਆ ਇੰਨੀ ਵਾਰੀ ਤਾਂ ਮੈਨੂੰ ਆਪਣੀ ਸਕੀ ਉਲਾਦ ਨੇ ਆਪਾਂ ਨਹੀਂ ਰਿਸ਼ਤਾ ਦੇ ਦੋ ਅੱਠ ਨੌ ਬੇਟਾ ਮੈਨੂੰ ਇਹ ਦੱਸ ਵੀ ਤੂੰ ਕੰਮ ਕੀ ਕਰਨਾ ਮੈਂ ਜੀ ਮੇਰਾ ਆਪਣਾ ਪੈਟਰੋਲ ਪੰਪ ਹੈ ਸ਼ਕਲੋਂ ਤੂੰ ਲੱਗਦਾ ਵੀ ਤੇਰੇ ਹੈਂਡ ਪੰਪ ਵੀ ਜਾਤੀ ਨੇ ਸਾਡੇ ਵਾਲ ਸਾਹਿਬ ਨੇ ਹਾਂਜੀ ਤੇਰਾ ਪੈਟਰੋਲ ਪੰਪ ਕਿੱਥੇ ਜਿੱਥੇ ਦਿਲ ਕਰੇ ਮੈਂ ਸਾਈਡ ਤੇ ਲਾ ਲੈਣਾ ਜ਼ਿੰਦਗੀ ਦੇ ਵਿੱਚ ਕਦੀ ਦੋ ਨੰਬਰ ਤੇਲ ਨਹੀਂ ਵੇਚਿਆ ਦੇਖੋ ਜੀ ਬਹੁਤ ਜ਼ਿਆਦਾ ਦੋ ਨੰਬਰ ਲੋਕ ਆ ਗਏ ਨੇ ਮੈਂ ਤੇ ਆਪਣੀ ਇੱਕ ਵਾਰੀ ਪੈਟਰੋਲ ਪੰਪ ਦੇ ਉੱਤੇ ਰੱਖਿਆ ਸੀ ਤੇਲ ਮੇਰੇ ਇੱਕ ਬੰਦਾ ਕਹਿੰਦਾ ਦੋ ਨੰਬਰ ਤੇਲ ਚੈੱਕ ਕਰ ਉਹਨੇ ਤੀਲੀ ਬਾਲ ਕੇ ਸੁੱਟੀ ਪੈਟਰੋਲ ਪੰਪ ਵੀ ਗਿਆ ਉਹ ਮੇਰੀ ਖੋਤੀ ਸੀ ਉਹ ਵੀ ਨਾਲ ਹੀ ਗਈ ਮੇਰੀ ਸੀ ਉਹ ਵੀ ਨਾਲ ਹੀ ਗਈ ਹੁਣ ਫਿਰ ਮੈਂ ਨਵਾਂ ਪੈਟਰੋਲ ਪੰਪ ਬਣਾਇਆ ਬਾਹਰ ਉਹਨੂੰ ਪੱਠੇ ਪਾਏ ਪੈਟਰੋਲ ਪੰਪ ਪਾਟਣ ਆਵਾਜ਼ ਆਈ ਠਾ ਜਦੋਂ ਖੋਤੀ ਪਾਟੀ ਸੀ ਉਦੋਂ ਕੀ ਆਵਾਜ਼ ਆਈ ਸੀ ਸਰ ਜੀ ਤੁਸੀਂ ਮੇਰੀ ਗੱਲ ਨੂੰ ਸਮਝ ਆਏ
ਉਹ ਬੇਟਾ ਮੈਨੂੰ ਇਹ ਤੇ ਦੱਸ ਪੈਟਰੋਲ ਪੰਪ ਪਾਟ ਗਿਆ ਖੋਤੀ ਵਿੱਚ ਆ ਗਈ ਰੇੜੀ ਆ ਗਈ ਪੈਟਰੋਲ ਪੰਪ ਕਿਹੜਾ ਤੁਸੀਂ ਸ਼ਾਇਦ ਮੈਨੂੰ ਪਛਾਣ ਨਹੀਂ ਰਹੇ ਨਹੀਂ ਸਰ ਜੀ ਮੈਂ ਖੋਤੀ ਰੇੜੀ ਦੇ ਉੱਤੇ ਮਿੱਟੀ ਦਾ ਤੇਲ ਵੇਚਦਾ ਬਾਹਰ ਕੱਢੋ ਦੁਨੀਆਂ ਤੇ ਸਾਰਾ ਝਗੜਾ ਹੀ ਤੇਲ ਦੀ ਵਜ੍ਹਾ ਤੋਂ ਹੋਣ ਡਿਆ ਅੱਛਾ ਜਿੰਨੇ ਤੁਸੀਂ ਭਰਾ ਹੋ ਨਾ ਤਿੰਨ ਇਹ ਤੁਹਾਡੀ ਭੈਣ ਵਿਆਹ ਕੇ ਵੀ ਕੁਆਰੀ ਰਹਿਣੀ ਇੱਕ ਮਿੰਟ ਆ ਜਾ ਸਾਡੇ ਆਪਣੇ ਆਪ ਨੂੰ ਕਨਵਿੰਸ ਤੇ ਕਰਨ ਦੇ ਨਾ ਚਲੋ ਬਸ ਠੀਕ ਬੰਦ ਕਰ ਦੇ ਹਵਾ ਲੱਗ ਜਾਂਦੀ ਡਰ ਲੈਣਾ
ਸਕੂਨ ਹੋ ਗਿਆ ਕਸਮੇ ਗਰਮੀ ਬੜੀ ਲੱਗਣ ਦੀ ਸ਼ੁਕਰ ਹੈ ਥੋੜਾ ਬਚ ਗਿਆ ਪਾਣੀ ਸ਼ੁਕਰ ਇਹਦੇ ਚ ਤੂੰ ਡੁੱਬ ਕੇ ਮਰ ਜਾਣ ਮੈਂ ਤੇ ਡੁੱਬਣੇ ਸਾਰੇ ਗੋਤੇ ਬਣੇ ਹੋਣੇ ਸਾਡੇ ਘਰ ਬੈਟਰੀ ਚ ਪਾਉਣ ਵਾਲਾ ਤਸਾਬ ਆਇਆ ਉਹ ਬੜਾ ਮਾਰੋ ਤੂੰ ਮੇਰੇ ਨਸੀਬ ਸਾੜਦੇ ਜੱਫੀ ਪਾ ਕੇ ਇਹ ਕੌਣ ਹੈ ਬੜਾ ਲੇਖਾਂ ਨੂੰ ਅੱਗ ਲੱਗੀ ਇਹ ਕੌਣ ਹੈ ਇਹ ਪੱਗਾਂ ਬੰਨੀਆਂ ਨੇ ਇਹ ਚੌਧਰੀ ਬਰਾਸੀ ਆਏ ਨੀ ਭਰ ਕਟੋਰਾ ਪਾਣੀ ਦਾ ਮੈਂ ਪੱਖੇ ਪਾਇਆ।